ਅੱਜ ਮੱਲਾਂ ਵਾਲਾ ਖਾਸ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਮੱਲਾਂ ਵਾਲਾ ਖਾਸ ਰੇਲਵੇ ਸਟੇਸ਼ਨ ਦੇ ਉੱਪਰ ਅੱਜ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਗੈਰ ਰਾਜਨੀਤਿਕ ਜਥੇਬੰਦੀਆਂ ਦੇ ਵੱਲੋਂ ਰੇਲਵੇ ਟਰੈਕ ਰੋਕੇ ਗਏ ਹਨ। 2 ਘੰਟੇ ਦਾ ਜਿਹੜਾ ਰੋਸ ਧਰਨਾ ਲਗਾਇਆ ਜਾ ਰਿਹਾ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਮੱਲਾਂ ਵਾਲਾ ਖਾਸ ਇਸ ਸਮੇਂ ਮੌਜੂਦ ਸੀਗੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਸਟੇਸ਼ਨਾਂ 'ਤੇ ਜਿਹੜਾ ਰੇਲ ਰੋਕੋ ਅੰਦੋਲਨ ਹੈ, 2 ਘੰਟੇ ਦਾ ਜਿਹੜਾ ਰੋਸ ਧਰਨਾ ਹੈਗਾ ਉਹ ਲਗਾਇਆ ਜਾ ਰਿਹਾ। ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜੋ ਵੱਖ ਵੱਖ ਇੱਥੋਂ ਦੇ ਬੁਲਾਰੇ ਹੈਗੇ ਨੇ ਉਹ ਕਰਦੇ ਉਹਨਾਂ ਨਾਲ ਗੱਲਬਾਤ। ਵੱਖ ਵੱਖ ਕਿਸਾਨ ਜਥੇਬੰਦੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜਿਹੜੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇੱਕ ਦੇਸ਼ ਭਰੀ ਅੰਦੋਲਨ ਦਾ ਇੱਕ ਐਲਾਨ ਕੀਤਾ ਗਿਆ। ਉੱਥੇ ਅੱਜ ਰੇਲ ਰੋਕੋ ਅੰਦੋਲਨ ਦੇ ਅੱਜ ਜਿੱਥੇ ਵੱਡੇ ਪੱਧਰ ਤਸਵੀਰਾਂ ਤੁਸੀਂ ਦੇਖਦਾ ਸਕਦੇ ਹੋ, ਮੱਲਾਂ ਵਾਲਾ ਰੇਲਵੇ ਸਟੇਸ਼ਨ 'ਤੇ ਅੱਜ ਅਸੀਂ ਮੌਜੂਦ ਹੈਗੇ ਹਾਂ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਇਹ ਜਿਹੜਾ ਮੁੱਖ ਰੂਪ 'ਚ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਔਰ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਪਿਛਲੇ ਕਾਫੀ ਸਮਾਂ ਹੋ ਗਿਆ, ਉੱਥੇ BJP ਦੇ ਜਿਹੜੇ ਗ੍ਰਹਿ ਰਾਜ ਮੰਤਰੀ ਉਹਨਾਂ ਦਾ ਜਿਹੜਾ ਲੜਕਾ ਸੀਗਾ, ਉਹਦੇ ਵੱਲੋਂ ਇੱਕ 4 ਕਿਸਾਨਾਂ ਨੂੰ ਔਰ ਇੱਕ ਪੱਤਰਕਾਰ ਨੂੰ ਜਿਹੜਾ ਦੜ ਕੇ ਜਿਹੜਾ ਆਪਣੀ ਜੀਵ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ, ਉਸ ਚੀਜ਼ ਨੂੰ ਲੈ ਕੇ ਔਰ ਸਾਰੀਆਂ ਮੰਗਾਂ ਮੁੱਖ ਰੂਪ 'ਚ ਜਿਹੜਾ ਦਿੱਲੀ ਅੰਦੋਲਨ ਉਸ ਦੀਆਂ ਜਿਹੜੀਆਂ ਵੱਡੀਆਂ ਮੰਗਾਂ ਨੂੰ ਲੈ ਕੇ ਜਿਹੜਾ ਜਿਹੜਾ ਅੱਜ ਰੇਲਵੇ ਟਰੈਕ 'ਤੇ ਮੱਲਾਂ ਵਾਲਾ ਖਾਸ ਅਸੀਂ ਮੌਜੂਦ ਹੈਗੇ ਹਾਂ। ਜੇਕਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਤਾਂ 5 ਥਾਵਾਂ 'ਤੇ ਅੱਜ ਇੱਥੇ ਰੇਲਵੇ ਟਰੈਕ ਜਾਮ ਕੀਤਾ ਗਿਆ। ਮਖੂ, ਮੱਲਾਂ ਵਾਲਾ ਖਾਸ, ਫਿਰੋਜ਼ਪੁਰ ਛਾਉਣੀ, ਤਲਵੰਡੀ ਭਾਈ ਔਰ ਗੁਰੂ ਹਰ ਸਾਹਿਬ, 5 ਥਾਵਾਂ 'ਤੇ ਅੱਜ ਰੇਲ ਰੋਕੋ ਅੰਦੋਲਨ ਜਿਹੜਾ ਕੀਤਾ ਜਾ ਰਿਹਾ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ। ਦੇਖੋ ਜੀ, ਦੋਨੋਂ ਫੋਰਮ ਜੋ ਸੰਘਰਸ਼ ਕਰ ਰਹੇ ਆ ਬਾਰਡਰਾਂ ਦੇ ਉੱਤੇ, ਕਿਸਾਨ ਮਜ਼ਦੂਰ ਮੋਰਚਾ ਦੇ SKM ਗੈਰ ਰਾਜਨੀਤਿਕ, ਉੱਥੋਂ ਐਲਾਨ ਕੀਤਾ ਗਿਆ ਸੀ ਕਿ 3 ਅਕਤੂਬਰ ਨੂੰ ਜੋ ਰੇਲਾਂ ਦੇ ਚੱਕੇ ਜਾਮ ਜਿਹੜੇ ਪੂਰੇ ਦੇਸ਼ ਦੇ ਵਿੱਚ ਕੀਤੇ ਜਾਣ, ਕਿਉਂਕਿ ਅੱਜ ਦੇ ਦਿਨ ਪਿਛਲੇ ਦਿੱਲੀ ਅੰਦੋਲਨ ਸਮੇਂ ਲਖੀਮਪੁਰ ਖੀਰੀ ਵਿਖੇ ਜੋ ਕੇਂਦਰੀ ਰਾਜ ਗ੍ਰਹਿ ਮੰਤਰੀ ਸੀ ਅਜੇ ਮਿਸ਼ਰਾ ਟੈਣੀ, ਉਹਨਾਂ ਦੇ ਬੇਟੇ ਵੱਲੋਂ 4 ਕਿਸਾਨ ਅਤੇ 1 ਪੱਤਰਕਾਰ ਨੂੰ ਗੱਡੀ ਥੱਲੇ ਦਰੜ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ। ਦੋਸ਼ੀ ਖੁੱਲ੍ਹੇ ਆਮ ਜਿਹੜੇ ਤੁਰੇ ਫਿਰ ਰਹੇ ਆ ਉਹਨਾਂ ਨੂੰ ਪੈਰੋਲ ਦੇ ਕੇ ਛੱਡ ਦਿੱਤਾ ਗਿਆ ਵਾ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਵਾਸਤੇ ਅੱਜ ਦਾ ਜਿਹੜਾ ਧਰਨਾ, ਨਾਲ ਜਿਹੜੇ ਸਾਡੇ ਸ਼ਹੀਦ ਹੋਏ ਕਿਸਾਨ ਅਤੇ 1 ਪੱਤਰਕਾਰ ਆ ਉਹਨਾਂ ਦੀ ਜਿਹੜੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਅਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਉਹਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਤੱਕ ਅਤੇ ਕਿਸਾਨੀ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਰੱਖਣ ਦਾ ਐਲਾਨ ਕਰ ਰਹੇ ਹਾਂ। ਨਾਲ ਜੋ ਸਾਡੀਆਂ ਮੰਗਾਂ MSP ਗਰੰਟੀ ਕਾਨੂੰਨ ਜਿਹੜਾ ਉਹ ਬਣਾਵੇ ਕੇਂਦਰ ਸਰਕਾਰ, ਕਿਸਾਨ ਜਿਹੜਾ ਪ੍ਰਦੂਸ਼ਣ ਐਕਟ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਪਰਾਲੀ ਦੇ ਨਾਂ ਦੇ ਉੱਤੇ ਹਰ ਸਾਲ ਜਿਹੜਾ ਉਹ ਕਿਸਾਨਾਂ ਨੂੰ ਭੰਡਿਆ ਜਾ ਰਿਹਾ ਵਾ, ਕਿਸਾਨਾਂ ਨੂੰ ਜਿਹੜਾ ਉਹ ਮਸਲੇ ਦਾ ਹੱਲ ਕੱਢ ਕੇ ਨਹੀਂ ਦਿੱਤਾ ਜਾ ਰਿਹਾ। ਸਾਡੀ ਮੰਗ ਆ 7,000 ਰੁਪਈਆ ਪ੍ਰਤੀ ਏਕੜ ਜਿਹੜਾ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ, ਕਿਉਂਕਿ ਪਹਿਲਾਂ ਹੀ ਕਿਸਾਨ ਕਰਜ਼ਾਈ ਬਹੁਤ ਆ, ਉਹ ਥੋੜ੍ਹੇ ਸਮੇਂ ਦੇ ਵਿੱਚ ਪਰਾਲੀ ਦੀ ਸਾਂਭ ਸੰਭਾਲ ਜਿਹੜੀ ਉਹ ਨਹੀਂ ਕਰ ਸਕਦੇ। ਮਸਲੇ ਦਾ ਹੱਲ ਕੱਢਿਆ ਜਾਵੇ, ਨਾ ਕਿ ਕਿਸਾਨਾਂ ਦੇ ਉੱਤੇ ਜੋ ਤੁਗਲਕੀ ਬਰਮਾਨ ਛੱਡ ਕੇ ਪਰਚੇ ਕਰਾਂਗੇ ਜੀ, ਪੰਜਾਬ ਸਰਕਾਰ ਕਹਿ ਰਹੀ ਆ ਰੈੱਡ ਐਂਟਰੀਆਂ ਕਰਾਂਗੇ ਜਾਂ ਪਾਸਪੋਰਟ ਰੱਦ ਕਰਾਂਗੇ, ਇਹੋ ਜਿਹੇ ਤੁਗਲਕੀ ਫਰਮਾਨ ਛੱਡ ਰਹੀ ਆ। ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਕਿ ਸਾਡਾ ਜਥੇਬੰਦੀ ਦਾ ਐਲਾਨ ਆ, ਜੇਕਰ ਤੁਹਾਡੀ ਕੋਈ ਵੀ ਅਫਸਰਸ਼ਾਹੀ ਪਿੰਡਾਂ ਦੇ ਵਿੱਚ, ਚਾਹੇ ਕੋਈ ਮੰਤਰੀ ਵਿਧਾਇਕ ਸਰਕਾਰ ਦੇ ਆਉਂਦੇ ਆ, ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਐਂਟਰੀਆਂ ਬੈਨ ਕਰਾਂਗੇ, ਅਤੇ ਜੇਕਰ ਸਾਡੇ ਪਰਚੇ ਕਿਸਾਨਾਂ ਦੇ ਧੱਕੇ ਨਾਲ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਥਾਣਿਆਂ ਦੇ ਵੀ ਘਿਰਾਓ ਕਰਨ ਦੀ ਲੋੜ ਪਈ ਤਾਂ ਉਹ ਕਰਾਂਗੇ। ਨਾਲ ਸਾਡਾ 1 ਤਰੀਕ ਨੂੰ ਪੰਜਾਬ ਸਰਕਾਰ ਕਹਿੰਦੀ ਸੀ ਕਿ 1 ਅਕਤੂਬਰ ਤੋਂ ਝੋਨੇ ਦੀ ਖਰੀਦ ਅਸੀਂ ਸ਼ੁਰੂ ਕਰਾਂਗੇ,
ਅੱਜ 3 ਅਕਤੂਬਰ ਹੋ ਗਿਆ, ਕਿਸੇ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਅਜੇ ਤੱਕ ਸ਼ੁਰੂ ਨਹੀਂ ਹੋਈ ਕਿਉਂਕਿ ਆੜ੍ਹਤੀਆਂ ਦੇ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਆ। ਸਮਾਂ ਰਹਿੰਦਿਆਂ ਇਹਨਾਂ ਸਰਕਾਰ ਨੇ ਕਿਉਂ ਨਹੀਂ ਮਸਲਿਆਂ ਦਾ ਹੱਲ ਕੀਤਾ? ਸਮਾਂ ਰਹਿੰਦਿਆਂ ਪਤਾ ਸੀ ਵੀ 1 ਤਰੀਕ ਨੂੰ ਖਰੀਦ ਸ਼ੁਰੂ ਕਰਨੀ, ਉਹਨਾਂ ਦੇ ਮੰਗਾਂ ਮਸਲੇ ਹੱਲ ਕਰਦੇ ਅਤੇ 1 ਤਰੀਕ ਤੋਂ ਝੋਨੇ ਦੀ ਖਰੀਦ ਜਿਹੜੀ ਸ਼ੁਰੂ ਕੀਤੀ ਜਾਂਦੀ। ਜੇਕਰ ਇਹ ਮਸਲਾ ਨਾ ਹੱਲ ਹੋਇਆ ਤਾਂ ਸਾਨੂੰ ਕਿਸਾਨਾਂ ਨੂੰ ਵੀ ਨਾਲ ਉਹਨਾਂ ਦੇ ਮਿਲ ਕੇ ਅੰਦੋਲਨ ਸ਼ੁਰੂ ਕਰਨਾ ਪਊਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰ ਹੋਊਗੀ। ਤਾਂ ਅਸੀਂ ਕਹਿੰਦੇ ਤੁਰੰਤ ਖਰੀਦ ਸ਼ੁਰੂ ਕੀਤੀ ਜਾਵੇ। ਇਹਦੇ ਨਾਲ ਜਿਹੜਾ DAP ਦਾ ਬਲੈਕ ਦਾ ਬਹੁਤ ਬੋਲਬਾਲਾ ਚੱਲ ਰਿਹਾ ਵਾ, ਅਖੌਤੀ ਬਲੈਕ ਕੀਤੀ ਜਾ ਰਹੀ ਆ, DAP ਡਿਸਟ੍ਰੀਬਿਊਟਰਾਂ ਕੋਲ ਬਹੁਤ ਪਹੁੰਚ ਰਹੀ ਆ, ਪਰ ਜਾਣ ਬੁੱਝ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਜ਼ਿਲ੍ਹਿਆਂ ਵਾਈਜ਼ ਜਿਹੜਾ ਸਟੋਕ ਆਉਂਦਾ ਉਹ ਜ਼ਿਲ੍ਹੇ ਦੇ ਵਿੱਚ ਵੰਡ ਕਰਨ ਦੀ ਬਜਾਏ ਬਲੈਕ ਰੇਟਾਂ 'ਤੇ ਦੂਜੇ ਜ਼ਿਲ੍ਹਿਆਂ 'ਚ ਭੇਜਿਆ ਜਾ ਰਿਹਾ। ਅਤੇ ਜ਼ਿਲ੍ਹੇ ਦੇ ਜਿਹੜੇ ਸਾਡੇ ਸੁਸਾਇਟੀਆਂ ਦੇ ਹੈਗੇ ਸੈਕਟਰੀ ਜਾਂ ਦੁਕਾਨਾਂ ਵਾਲੇ ਆ, ਉਹਨਾਂ ਨੂੰ ਕਹਿ ਰਹੇ ਆ ਕਿ ਜਾਂ ਤਾਂ ਨੈਣੋ ਜੂਲੀਆ ਨਾ ਯੂਰੀਆ ਨਾਲ ਲਓ ਜਾਂ ਹੋਰ ਸਮੱਗਰੀ ਦੇ ਰਹੇ ਆ। ਉਹ ਇਹ ਸਾਰਾ ਕੁਛ ਡਿਸਟ੍ਰੀਬਿਊਟਰਾਂ ਦੇ ਵੱਲੋਂ ਕੀਤਾ ਜਾ ਰਿਹਾ। ਅਸੀਂ ਕਹਿਣਾ ਚਾਹੁੰਦੇ ਖੇਤੀਬਾੜੀ ਵਿਭਾਗ ਨੂੰ, DC ਸਾਹਿਬ ਨੂੰ ਵੀ ਤੁਰੰਤ ਇਹ ਮਸਲੇ ਦਾ ਵੀ ਜਿਹੜਾ ਕਿਸਾਨਾਂ ਦਾ ਹੱਲ ਕੀਤਾ ਜਾਵੇ। ਬਿਜਾਈ ਕਣਕ ਦੀ ਵੀ ਆ ਰਹੀ ਆ, ਸਬਜ਼ੀ ਦੀ ਵੀ ਜਿਹੜੀ ਉਹ ਆਲੂਆਂ ਦੀ ਬਿਜਾਈ ਚੱਲ ਰਹੀ ਆ, ਇਹ ਮੁਸ਼ਕਲ ਦੂਰ ਕੀਤੀ ਜਾਵੇ। ਇਹ ਸਾਡੀਆਂ ਮੰਗਾਂ ਦੇ ਨਾਲ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ, ਉਹ ਵੀ ਮੰਗ ਕਰ ਰਹੇ ਹਾਂ ਤੁਰੰਤ ਹੱਲ ਕੀਤੀਆਂ ਜਾਣ, ਮੀਟਿੰਗ ਕਰਕੇ ਮਸਲੇ ਹੱਲ ਕਰੇ SSP ਮੈਡਮ ਅਤੇ DC ਮੈਡਮ। ਜੇਕਰ ਨਹੀਂ ਸੁਣਵਾਈ ਇਸ ਮਸਲੇ 'ਤੇ ਹੁੰਦੀ ਤਾਂ ਰੇਲ ਰੋਕੋ ਜੋ 12:30 ਤੋਂ 2:30 ਤੱਕ ਆ, ਇਹਨੂੰ ਅੱਗੇ ਵੀ ਜਿਹੜਾ ਵਧਾਇਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਗੁਰਪ੍ਰੀਤ ਸਿੰਘ ਫਰੀਦੇਵਾਲਾ ਅੱਜ SKM ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀਆਂ ਵੱਲੋਂ ਜੋ ਵੀ ਕਾਲ ਦਿੱਤੀ ਗਈ ਸੀ ਉਹਦੇ ਤਹਿਤ ਜਿਹੜਾ ਉੱਥੇ ਮੰਗਾਂ ਨੂੰ ਲੈ ਕੇ ਬੈਠੇ ਹਾਂ ਜੀ ਸ਼ੰਭੂ ਅਤੇ ਖਣੌਰੀ ਬਾਰਡਰ 'ਤੇ, ਉਹਨਾਂ ਦੀ ਮੰਗਾਂ ਨੂੰ ਵੀ ਲੈ ਕੇ ਅੱਜ ਇਹ ਮੋਰਚਾ ਜਿਹੜਾ 2 ਘੰਟੇ ਦਾ ਜਾਮ ਰੱਖਿਆ ਗਿਆ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ। ਮੇਨ ਜਿਹੜਾ ਅੱਜ ਦਾ ਮਕਸਦ ਸੀ ਵੀ ਜਿਹੜਾ ਅਜੇ ਮਿਸ਼ਰਾ ਟੈਣੀ ਅਤੇ ਆਸ਼ੀਸ਼ ਮਿਸ਼ਰਾ ਟੈਣੀ, ਜਦੋਂ ਪਿੱਛੇ 2020-21 ਦਾ ਪ੍ਰੋਟੈਸਟ ਚੱਲ ਰਿਹਾ ਸੀ ਉਸ ਟਾਈਮ UP ਦੇ ਵਿੱਚ ਉਹਨੇ ਸ਼ਰੇਆਮ ਐਲਾਨ ਕੀਤਾ ਸੀ ਵੀ ਜਿਹੜੇ ਆਪਣੇ ਵੀ ਜਥੇਬੰਦੀਆਂ ਇਹ ਮੰਗ ਰਹੀਆਂ ਵਾ ਆਪਣੀਆਂ ਮੰਗਾਂ, ਉਹ ਜਥੇਬੰਦੀਆਂ ਆਪਣਾ ਹਿਸਾਬ ਲੈ ਲੈਣ। ਮੀਡੀਆ ਦੇ ਵਿੱਚ ਉਹਨੇ ਇਹ ਗੱਲ ਕਹੀ ਵੀ ਜਿਹੜੇ ਲੋਕ ਮੇਰੀ ਰੈਲੀ ਨੂੰ ਜਾਂ ਇੱਥੇ ਰੋਕਣ ਵਾਸਤੇ ਪ੍ਰੋਟੈਸਟ ਕਰਨ ਵਾਸਤੇ ਆਏ ਹੈ ਵੀ ਉਹਨਾਂ ਲੋਕਾਂ ਨੂੰ ਆਪਦੀਆਂ ਜ਼ਮੀਨਾਂ ਦਾ ਹਿਸਾਬ ਲੈ ਲੈਣ ਵੀ ਇੱਥੋਂ ਉੱਠ ਕੇ ਜਾਣਾ ਕਿੱਥੇ ਹੈ। ਦੇਖੋ ਇੱਕ ਬੰਦਾ ਸ਼ਰਿਆਂ ਮੀਡੀਆ ਦੇ ਵਿੱਚ ਕਹਿ ਰਿਹਾ, ਫਿਰ ਇਸੇ ਜਦੋਂ ਦੀ ਰੈਲੀ ਫਲੋਪ ਹੋ ਜਾਂਦੀ ਹੈ ਉੱਥੇ ਪ੍ਰੋਟੈਸਟ ਕਰਦੇ ਲੋਕਾਂ ਦਾ ਹਜੂਮ ਇਕੱਠਾ ਹੋ ਜਾਂਦਾ, ਉਹਦੀ ਰੈਲੀ ਫਲੋਪ ਹੋ ਜਾਂਦੀ, ਹੈਲੀਕਾਪਟਰ ਉੱਤਰ ਨਹੀਂ ਦਿੱਤਾ ਜਾਂਦਾ, ਉਹੀ ਉਹਦਾ ਬੇਟਾ ਟੈਣੀ ਸ਼ਰੇਆਮ ਆਪਣੀ ਥਾਰ ਗੱਡੀ ਲੈ ਕੇ ਅਤੇ 3-4 ਗੱਡੀਆਂ ਹੋਰ ਲੈ ਕੇ ਉਹਨਾਂ ਰੈਲੀ ਖਤਮ ਕਰਕੇ ਜਾਂਦੇ ਹੋਏ ਕਿਸਾਨਾਂ ਦੇ ਉੱਪਰ ਚੜ੍ਹਾ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਦਰੜ ਦਿੱਤਾ ਜਾਂਦਾ ਹੈ, ਵਿੱਚੋਂ 4 ਤੋਂ 5 ਕਿਸਾਨ ਸ਼ਹੀਦ ਕਰ ਦਿੱਤੇ ਜਾਂਦੇ ਹੈ। ਅਤੇ ਅੱਜ ਤੀਕਰ 2 ਸਾਲ ਹੋ ਗਏ ਆ, 2 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ, ਅੱਜ ਤੀਕਰ ਉਹਨਾਂ ਲੋਕਾਂ ਨੂੰ ਹਜੇ ਤੀਕਰ ਇਨਸਾਫ ਨਹੀਂ ਦਿੱਤਾ। ਜੇ ਉਹਦੇ ਬੇਟੇ ਨੂੰ ਅੰਦਰ ਵੀ ਕੀਤਾ ਗਿਆ ਪਰ ਕੁਝ ਦਿਨਾਂ 3 ਮਹੀਨਿਆਂ ਬਾਅਦ ਫਿਰ ਜਮਾਤ ਦੇ ਕੇ ਰਿਹਾਅ ਕਰ ਦਿੱਤਾ ਜਾਂਦਾ। ਪਹਿਲਾਂ ਤਾਂ ਪ੍ਰੋਟੈਸਟ ਕਰਨ ਦੇ ਬਾਅਦ ਉਹਨੂੰ ਮਤਲਬ ਅਰੈਸਟ ਕੀਤਾ ਜਾਂਦਾ, ਉਹਦੇ ਘਰ ਦੇ ਮੂਹਰੇ ਪੋਸਟਰ ਲਾਇਆ ਜਾਂਦਾ ਵੀ ਭਾਈ ਤੁਹਾਡਾ ਗੁਨਾਹ, ਅਸੀਂ ਤੁਹਾਨੂੰ ਇਸ ਕਰਕੇ ਅਰੈਸਟ ਕਰਨ ਵਾਸਤੇ ਜਾਂ ਹਾਜ਼ਰ ਹੋਵੋ। ਪਰ ਦੇਖੋ ਜੀ ਕਿੱਡੀ ਬੇਰਹਿਮੀ ਹੈ ਸਰਕਾਰ ਦੀ, ਜਿਹੜੇ ਤਾਂ ਲੋਕ ਆਪਣੇ ਹੱਕ ਮੰਗਦੇ ਹੈ ਉਹਨਾਂ ਨੂੰ ਦਲਡ ਦਿੱਤਾ ਜਾਂਦਾ, ਕੁਚਲ ਦਿੱਤਾ ਜਾਂਦਾ, ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਜਾਂਦਾ, ਜਿਵੇਂ ਸ਼ੁਭ ਕਰਨ ਨੂੰ ਕੀਤਾ ਸੀ। ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ।
ਤੇ ਜਿਹੜੇ ਲੋਕ ਜੇ ਇੱਥੋਂ ਸਾਡਾ ਕੋਈ ਲੀਡਰ ਜੇ ਕੋਈ ਕਿਸਾਨ ਆਗੂ ਬਿਆਨ ਦੇ ਦੇਵੇ ਵੀ ਅਸੀਂ ਇਹਨਾਂ ਦਾ ਇਹਨਾਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ, ਇਹਨਾਂ ਨੂੰ ਅਸੀਂ ਘੇਰਾਂਗੇ ਜਾਂ ਰੈਲੀਆਂ 'ਤੇ ਕਰਾਂਗੇ, ਤਾਂ ਸਾਨੂੰ SSP ਜ਼ਿਲ੍ਹੇ ਦੇ ਸੱਦ ਲੈਂਦੇ ਆ ਵੀ ਭਾਈ ਸਾਡੇ ਨਾਲ ਬਹਿ ਕੇ ਗੱਲ ਕਰੋ, ਤੁਸੀਂ ਸ਼ਾਂਤਮਈ ਪ੍ਰੋਗਰਾਮ ਕਰੋ, ਤੁਸੀਂ ਉਹਨਾਂ ਨੂੰ ਨਾ ਘੇਰੋ, ਉਹਨਾਂ ਦਾ ਵਿਚਕਾਰ ਆ ਭਾਈ, ਜੇ ਉਹਨਾਂ ਦਾ ਵਿਚਕਾਰ ਸਾਡੇ ਵਿਚਕਾਰ ਆ। ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਅੱਜ ਇੱਥੇ 2 ਘੰਟੇ ਦਾ ਜਾਮ ਕੀਤਾ ਗਿਆ, ਇੱਕ ਪਰਾਲੀ ਦਾ ਮਸਲਾ, ਇੱਕ ਜਿਹੜਾ MSP ਦੀ ਗੱਲ ਕਰਦੇ ਹਾਂ, ਉਸ MSP ਦੇ ਹਾਲਾਤ ਅਸੀਂ ਦੇਖੇ ਆ, ਹੁਣ ਜਿਹੜਾ ਬਾਸਮਤੀ ਸਾਡੀ ਵਿਕ ਰਹੀ ਹੈ ਤਰਨ ਤਾਰਨ ਜ਼ਿਲ੍ਹੇ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਕਿਉਂਕਿ ਉੱਧਰ ਏਰੀਆ 'ਚ ਕਾਫੀ ਬਾਸਮਤੀ ਲੱਗਦੀ ਹੈ, ਪਹਿਲਾਂ 2500-3000 ਕੀਤਾ ਜਾਂਦਾ, ਉਸੇ ਬਾਸਮਤੀ ਸੋਨੇ ਵਰਗੀ ਬਾਸਮਤੀ ਦਾ ਰੇਟ ਮਗਰੋਂ 1700 ਰੁਪਈਆ ਆ ਜਾਂਦਾ, 2000 ਰੁਪਈਆ ਆ ਜਾਂਦਾ, ਕਿਸ ਤਰ੍ਹਾਂ ਸਿੱਧੀ ਲੁੱਟ ਕਰਦੇ ਆ। ਇਹੋ ਅਸੀਂ ਚਾਹੁੰਦੇ ਹਾਂ ਵੀ ਜੇ ਸਰਕਾਰ MSP ਦਿੰਦੀ ਹੈ, ਕਹਿੰਦੀ ਹੈ ਵੀ ਅਸੀਂ ਇੰਨੀਆਂ ਫਸਲਾਂ 'ਤੇ MSP ਲਾਗੂ ਦਿੱਤੀ ਹੈ, ਪਰ ਉਸ ਦਾ ਕਾਨੂੰਨ ਵੀ ਬਣਾ ਦੇ, ਜੇ ਕਾਨੂੰਨ ਬਣ ਜੂਗਾ, ਜੇ ਵਪਾਰੀ ਖਰੀਦਦਾ ਤਾਂ ਉਸ ਤੋਂ ਘੱਟ ਰੇਟ 'ਚ ਨਾ ਖਰੀਦੇ, ਵੱਧ ਰੇਟ 'ਚ ਖਰੀਦ ਲਵੇ, ਸਾਨੂੰ ਕੋਈ ਦਿੱਕਤ ਨਹੀਂ, ਪਰ ਜਿਹੜਾ ਕਿਸਾਨ ਦੀ ਪੂਰਤੀ ਤਾਂ ਕੀਤੀ ਜਾਵੇ ਨਾ, ਕਿਸਾਨ ਨੇ ਤਾਂ ਇੰਨਾ ਖਰਚਾ ਕੀਤਾ ਇੰਨਾ। ਇੱਕ ਦੂਸਰਾ, ਕਿਸਾਨਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ 'ਚੋਂ ਬਾਹਰ ਕੀਤਾ ਜਾਵੇ, ਕਿਉਂਕਿ ਪ੍ਰਦੂਸ਼ਣ ਅਸੀਂ ਸਿਰਫ ਪੂਰੇ ਸਾਲ ਭਾਰਤ ਦੇ ਵਿੱਚ 8% ਹੁੰਦਾ, ਅਤੇ ਜਿਹੜੀਆਂ ਇਹਨਾਂ ਵੱਡੀਆਂ ਵੱਡੀਆਂ ਗੱਡੀਆਂ ਬਣਾਈਆਂ ਜਿਨ੍ਹਾਂ ਦੇ ਨਾਲ ਸਾਨੂੰ ਵੀ ਲੁੱਟਿਆ ਜਾਂਦਾ, ਪੂਰੇ ਦੇਸ਼ ਨੂੰ ਟੈਕਸ ਦੇ ਰੂਪ ਵਿੱਚ, ਡੀਜ਼ਲ ਦੇ ਟੈਕਸ ਦੇ ਰੂਪ ਵਿੱਚ, ਪੈਟਰੋਲ ਦੇ ਟੈਕਸ ਦੇ ਰੂਪ ਵਿੱਚ ਲੁੱਟਿਆ ਜਾਂਦਾ, ਉਹਨਾਂ 'ਤੇ ਕੋਈ ਉਹਨਾਂ 'ਤੇ ਲਾਗੂ ਨਹੀਂ, ਉਹਨਾਂ 'ਤੇ ਕੋਈ ਪ੍ਰਦੂਸ਼ਣ ਨਹੀਂ, ਪਰ ਜੇ ਕਿਸਾਨ ਆਪਣੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਤਾਂ ਇਹਨੂੰ ਇਹਦੇ 'ਤੇ ਪਰਚੇ ਦਰਜ ਹੁੰਦੇ ਆ, ਅਤੇ ਇਹਦੇ 'ਤੇ ਵੱਖ ਵੱਖ ਧਰਾਵਾਂ ਲੱਗਦੀਆਂ। ਅਗਲਾ ਐਕਸ਼ਨ ਕੀ ਹੋਊਗਾ ਜਥੇਬੰਦੀ ਵੱਲੋਂ, ਵੱਖ ਵੱਖ ਮੋਰਚਾ, ਦੋਨਾਂ ਮੋਰਚਾ ਲੋਕ ਕੀ ਅਗਲਾ ਐਕਸ਼ਨ ਕੀ ਹੋਊਗਾ? ਅਗਲਾ ਐਕਸ਼ਨ ਇਸ ਤਰ੍ਹਾਂ, ਜਿਵੇਂ ਇਸ ਤਰ੍ਹਾਂ 2 ਘੰਟੇ ਦਾ ਪ੍ਰੋਗਰਾਮ ਦਿੱਤਾ, ਕਿਉਂਕਿ ਇਹਦੇ ਵਿੱਚ ਅਸੀਂ ਸਾਡੀਆਂ ਹੋਰ ਮੰਗਾਂ ਵੀ ਜੁੜੀਆਂ, ਜਿਵੇਂ DAP ਲੈ ਕੇ, ਯੂਰੀਆ ਨੂੰ ਲੈ ਕੇ, ਕਿਉਂਕਿ ਗਾਂਹ ਹਾੜੀ ਦਾ ਸੀਜ਼ਨ, ਕਣਕ ਦਾ ਸੀਜ਼ਨ ਆਉਣ ਵਾਲਾ, ਹਜੇ ਆਲੂਆਂ ਦਾ ਮਟਰ ਦਾ ਸੀਜ਼ਨ ਚੱਲ ਰਿਹਾ, ਅਤੇ ਡਾਈ ਨਹੀਂ ਮਿਲ ਰਹੀ ਲੋਕਾਂ ਨੂੰ, ਇਹਦੇ ਵਿੱਚ ਵੀ ਸਰਮਾਏਦਾਰੀ ਜਿਹੜੀ ਜਮ੍ਹਾਂਖੋਰੀ ਕਰਕੇ ਅਤੇ ਲੁੱਟਦੀ ਹੈ ਲੋਕਾਂ ਨੂੰ, ਜੇ 1300 ਦੀ ਬੋਰੀ ਹੈ ਉਹਨੂੰ 1700 ਦੇ ਪਿੱਛੇ ਵੇਚਿਆ ਗਿਆ ਸੀ, ਅਤੇ ਨਾਲੇ ਉਹਦੇ ਵਿੱਚ ਜਿਹੜਾ ਨਾਲਾ ਰਹਿੰਦ ਖੂੰਹਦ ਦਿੰਦੇ ਆ, ਜਿਹੜੀ ਉਹਨਾਂ ਦੇ ਕੰਮ ਵੀ ਨਹੀਂ, ਉਹ ਰਹਿੰਦ ਖੂੰਹਦ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਜੋ ਵੀ ਜਥੇਬੰਦੀਆਂ ਦਾ ਅਗਲਾ ਐਕਸ਼ਨ ਹੋਇਆ, ਕਿਉਂਕਿ ਸੀਜ਼ਨ ਦਾ ਟਾਈਮ ਹੈ ਝੋਨੇ ਦਾ, ਹਜੇ ਸਾਡੇ 15-20 ਦਿਨ ਬਾਕੀ ਹੈ, ਜੇਕਰ ਸਾਨੂੰ ਇਸ ਚੀਜ਼ ਦਾ ਜਿਹੜੀ ਮੇਨ ਲਖੀਮਪੁਰ ਖੀਰੀ ਦੇ ਇਨਸਾਫ ਦਾ, ਡਾਈ ਯੂਰੀਏ ਦਾ, ਜਿਹਨਾਂ ਦਾ ਇਨਸਾਫ ਜਲਦ ਨਾ ਮਿਲਿਆ, ਅਤੇ ਇਸ ਤੋਂ ਵੱਡਾ ਵੀ ਅਸੀਂ ਕੁਝ ਦਿਨਾਂ ਦੇ ਵਿੱਚ ਐਕਸ਼ਨ ਲਾਗੂ ਕਰ ਸਕਦੇ ਹਾਂ। ਇਹਦੇ ਜਿਹੜੇ ਅੰਦੋਲਨ ਆ, ਦੋਵਾਂ ਫੋਰਮਾਂ ਵੱਲੋਂ ਲਾਏ ਗਏ ਆ, ਮੇਰੇ ਨਾਲ ਜਿਹੜੀਆਂ ਸਾਡੀ ਸਾਥੀਆਂ ਜਥੇਬੰਦੀਆਂ ਵਾ, ਉਹਨਾਂ ਦੇ ਆਗੂ ਸਾਹਿਬਾਨ ਵੀ ਖੜੋਤੇ ਆ, ਪੂਰੇ ਭਾਰਤ ਦੇ ਵਿੱਚ ਨੇ ਅੰਦੋਲਨ ਅੱਜ ਦੇ 2 ਘੰਟੇ ਵਾਸਤੇ ਰੇਲ ਦਾ ਚੱਕਾ ਜਾਮ ਆ, ਜਿਹੜੇ ਸਾਡੇ 3 ਅਕਤੂਬਰ 2021 ਨੂੰ 4 ਕਿਸਾਨ ਅਤੇ 1 ਪੱਤਰਕਾਰ ਦਰੜ ਕੇ ਸ਼ਹੀਦ ਕੀਤਾ ਸੀ, ਉਹਨਾਂ ਦੀ ਯਾਦ ਦੇ ਵਿੱਚ ਔਰ ਸਰਕਾਰ ਦੇ ਵਿੱਚ ਬੈਠਾ ਅਜੇ ਮਿਸ਼ਰਾ ਟੈਣੀ, ਉਹਦੇ ਵਿੱਚ ਦੇ ਪ੍ਰਤੀ ਸਾਡੀ ਨਫ਼ਰਤ ਵਾ, ਵੀ ਉਸ ਬੰਦੇ ਨੂੰ ਅਜੇ ਤੱਕ ਸਜ਼ਾ ਕੋਈ ਨਹੀਂ, ਅੱਜ ਤੱਕ ਵੀ ਉਹਨੂੰ ਭਾਜਪਾ ਦੇ ਵਿੱਚ ਰੱਖ ਕੇ ਬੈਠੇ ਆ, ਉਹਦੇ ਵਾਸਤੇ 2 ਘੰਟੇ ਦਾ ਜਿਹੜਾ ਉਹ ਚੱਕਾ ਜਾਮ ਆ, ਔਰ ਨਾਲ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਆ ਵੀ ਕੇਂਦਰ ਸਰਕਾਰ ਕਹਿੰਦੀ ਵੀ 750 ਜਿਹੜੇ ਉਹ ਬੈਠੇ ਆ, ਅਮਿਤ ਸ਼ਾਹ ਦਾ ਬਿਆਨ ਆਇਆ ਸੀਗਾ, ਅੱਜ ਹਜ਼ਾਰਾਂ ਥਾਵਾਂ ਦੇ ਉੱਤੇ ਰੇਲਵੇ ਟਰੈਕ ਜਾਮ ਕਰਕੇ ਅਸੀਂ ਦੱਸਿਆ ਵਾ ਵੀ ਅਸੀਂ 750 ਨਹੀਂ ਗਏ, ਇਹ ਲੱਖਾਂ ਦੀ ਗਿਣਤੀ ਦੇ ਵਿੱਚ ਵਾ, ਜਿਸ ਦਿਨ ਇਹ ਲੱਖਾਂ ਦੀ ਗਿਣਤੀ ਦਿੱਲੀ ਨੂੰ ਤੁਰ ਪਈ, ਦਿੱਲੀ ਦੇ ਦਰਵਾਜ਼ੇ ਖੁੱਲ੍ਹੇ ਹੋ ਜਾਣਗੇ, ਰਸਤੇ ਖੋਲ੍ਹਣੇ ਪੈਣਗੇ, ਸੋ ਅਜੇ ਵੀ ਸਰਕਾਰ ਕੋਲ ਮੌਕਾ ਵਾ, ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਹਾਂ ਉਹਨਾਂ ਮੰਗਾਂ ਵੱਲੇ ਫੌਰਨ ਧਿਆਨ ਦੇਵੇ, ਅਤੇ ਜਿਹੜੇ ਇਹਨਾਂ ਨੇ ਪਟੇ ਲਾ ਕੇ ਛੱਡੇ ਹੋਏ ਆ ਰਵਨੀਤ ਬਿੱਟੂ ਵਰਗੇ, ਉਹਨਾਂ ਦੇ ਉੱਤੇ ਲਗਾਮ ਕੱਸਣ, ਕਿਉਂਕਿ ਉਹ ਨਫ਼ਰਤਾਂ ਦੀ ਰਾਜਨੀਤੀ ਕਰਨਾ ਜਾਣਦੇ ਆ, ਉਹਨਾਂ ਨੂੰ ਭਾਈਚਾਰਿਆਂ ਦੀ ਰਾਜਨੀਤੀ ਨਹੀਂ ਆਉਂਦੀ, ਅਤੇ
ਸਟੇਟ ਨੇ ਉਹਨੂੰ ਵਰਤਿਆ ਹੋਇਆ ਵਾ, ਕਿਉਂਕਿ ਨਾਗਪੁਰ ਦੇ ਵਿੱਚ ਇੱਕ ਪੱਗ ਵਾਲਾ ਚਾਹੀਦਾ ਸੀ, ਉਹ ਪੱਗ ਵਾਲੇ ਨੂੰ ਲੈ ਕੇ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਵਰਖਿਲਾਫ ਬਿਆਨ ਦੇਣ ਵਾਸਤੇ ਵਰਤ ਰਿਹਾ, ਜਿਹਦੀਆਂ ਅਸੀਂ ਦੋਵਾਂ ਫੋਰਮਾਂ ਵੱਲੋਂ ਪਹਿਲਾਂ ਨਿਖੇਧੀ ਕਰ ਚੁੱਕੇ ਹਾਂ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਹਾਂ ਵੀ ਇਹਨਾਂ ਬਿਆਨਾਂ ਤੋਂ ਕੰਗਣਾ ਰਣੌਤ ਹੋਵੇ, ਭਾਵੇਂ ਖੱਟੜ ਹੋਵੇ, ਭਾਵੇਂ ਰਵਨੀਤ ਹੋਵੇ, ਭਾਵੇਂ ਕੋਈ ਹੋਰ ਹੋਵੇ, ਇਹਨਾਂ ਬਿਆਨਾਂ ਤੋਂ ਗੁਰੇਜ਼ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਉਹ ਉਹਨਾਂ ਵੱਲੇ ਧਿਆਨ ਦੇ ਕੇ 140 ਕਰੋੜ ਭਾਰਤੀਆਂ ਨੂੰ ਨਿਆਂ ਦੇਣ, ਕਿਉਂਕਿ ਇਹ ਦੋਵੇਂ ਫੋਰਮਾਂ ਦੇ ਆਗੂਆਂ ਨੇ ਫੈਸਲਾ ਕੀਤਾ ਵਾ ਜਿੰਨੀ ਦੇਰ ਤੱਕ 140 ਕਰੋੜ ਭਾਰਤੀਆਂ ਨੂੰ ਨਿਆਂ ਨਹੀਂ ਮਿਲਦਾ ਉਨੀ ਦੇਰ ਤੱਕ ਇਹ ਅੰਦੋਲਨ ਚੱਲਦੇ ਰਹਿਣਗੇ। ਅੱਜ ਦਾ ਭਾਵੇਂ ਸੰਕੇਤਕ 2 ਘੰਟੇ ਦਾ ਵਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਫੈਸਲੇ ਵੀ ਲਏ ਜਾ ਸਕਦੇ ਆ ਜਿਹਦੀਆਂ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ। ਪ੍ਰਧਾਨ ਜੀ, ਜਿਸ ਤਰ੍ਹਾਂ ਅੱਜ ਹੁਣ ਇਸ ਦਿਨਾਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਵੀ ਜਿਸ ਤਰ੍ਹਾਂ ਸਿਆਸਤ ਭਾਰੂ ਹੋਈ ਹੈ ਪੂਰੇ ਪੰਜਾਬ ਦੇ ਵਿੱਚ, ਇਲੈਕਸ਼ਨ ਚੱਲ ਰਹੇ ਆ, ਔਰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਬਾਰੇ? ਇਹਦੇ ਵਿੱਚ ਜਾਣਬੁੱਝ ਕੇ ਇਹਨਾਂ ਨੇ ਖੇਡ ਖਿਲਾਰੀ ਆ, ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਝੋਨਾ ਵੀ ਆ ਗਿਆ ਵਾ ਔਰ ਜਿਹੜਾ ਵਾ ਦਿੱਲੀ ਵਾਲਾ ਅੰਦੋਲਨ ਉਹ ਵੀ ਚੱਲਣਾ ਵਾ। ਦੋਵਾਂ ਬੰਨਿਆਂ 'ਤੇ ਉਲਝਾਉਣ ਵਾਸਤੇ ਪੰਜਾਬ ਦੀ ਸਰਕਾਰ ਨੇ ਜਾਣਬੁੱਝ ਕੇ ਇਹਨਾਂ ਦਿਨਾਂ ਦੇ ਵਿੱਚ ਕੰਮ ਦੇ ਵਿੱਚ ਇਲੈਕਸ਼ਨ ਜਿਹੜੇ ਉਹ ਐਲਾਨ ਕੀਤੇ ਆ, ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਸਾਡਾ ਫਾਇਦਾ ਹੋਣ ਵਾਲਾ ਨਹੀਂ, ਸਾਡੀ ਭਾਈਚਾਰੇ ਦੀ ਸਾਂਝ ਟੁੱਟ ਰਹੀ ਆ, ਨਿੱਤ ਗੋਲੀਆਂ ਚੱਲ ਰਹੀਆਂ ਵਾ, ਬੰਦੇ ਜਿਹੜੇ ਆ ਉਹ ਜ਼ਖਮੀ ਹੋ ਰਹੇ ਆ। ਸੌੜੀ ਰਾਜਨੀਤੀ ਭਗਵੰਤ ਮਾਨ ਜਿੱਦਾਂ ਪਹਿਲਿਆਂ ਦੋਵਾਂ ਨੇ ਖੇਡੀ ਸੀ ਉਸੇ ਤਰ੍ਹਾਂ ਦੀ ਖੇਡ ਰਿਹਾ ਵਾ। ਸਾਡੀ ਲੋਕਾਂ ਨੂੰ ਅਪੀਲ ਵਾ ਵੀ ਪਿੰਡਾਂ ਦੇ ਵਿੱਚ ਭਾਈਚਾਰਾ ਕਾਇਮ ਰੱਖੋ, ਪੰਚਾਇਤਾਂ ਜਿਹੜੀਆਂ ਵਾ ਉਹ ਸਰਬਸੰਮਤੀ ਨਾਲ ਚੁਣੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵੱਲੋਂ ਕੋਈ ਠੰਡੀ ਹਵਾ ਦਾ ਬੁੱਲਾ ਪੂਰੀ ਦੁਨੀਆ ਵਿੱਚ ਬੈਠੀ ਕਮਿਊਨਿਟੀ ਨੂੰ, ਪੰਜਾਬੀਆਂ ਨੂੰ ਜਾਵੇ। ਸੋ ਇਹਨਾਂ 15 ਦਿਨਾਂ ਦੇ ਵਿੱਚ ਆਪਣੇ ਆਪ ਨੂੰ ਇਹਨਾਂ ਸਰਕਾਰੀ ਟਾਊਟਾਂ ਦੀ ਆਖਿਆ ਰੋਲ ਕੇ ਨਾ ਰੱਖ ਦਿਓ। ਜੇ ਤੁਸੀਂ ਇਸ ਤਰ੍ਹਾਂ ਰੁਲਦੇ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਬਾਤ ਪੁੱਛਣ ਵਾਲਾ ਕੋਈ ਨਹੀਂ ਹੋਊਗਾ। ਸੋ ਇਹ 15 ਦਿਨਾਂ ਦੀ ਖੇਡ ਵਾਈ ਨੂੰ ਲੰਘ ਜਾਣ ਦਿਓ, ਉਸ ਤੋਂ ਬਾਅਦ ਆਪਣੇ ਮੰਗਾਂ ਮਸਲਿਆਂ 'ਤੇ ਧਿਆਨ ਦਿਓ ਤਾਂ ਜੋ ਭਾਰਤ ਦਾ ਏਕਾ ਘਰ ਬਰਕਰਾਰ ਰਹੇ ਔਰ ਲੋਕ ਚੜ੍ਹਦੀ ਕਲਾ ਦੇ ਵਿੱਚ ਭਾਈਚਾਰੇ ਦੀ ਸਾਂਝ ਰੱਖ ਕੇ ਇੱਥੇ ਸਦਾ ਜਿਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮਜ਼ਦੂਰ ਭਰਾ ਸਾਡੇ ਜਿਨ੍ਹਾਂ ਦੇ ਉੱਤੇ ਗੱਡੀ ਚੜਾਈ ਸੀ ਉਹਨਾਂ ਦਾ ਇਨਸਾਫ ਚਾਹੀਦਾ ਸਾਨੂੰ, ਉਹਨਾਂ ਨੂੰ ਸਜ਼ਾ ਵੱਧ ਤੋਂ ਵੱਧ ਦੇਣੀ ਚਾਹੀਦੀ ਆ। ਇੱਕ ਸਾਡੇ ਕਰਜ਼ੇ ਮਾਫ਼ ਹੋਣੇ ਚਾਹੀਦੇ ਆ ਕਿਸਾਨਾਂ ਦੇ, ਬਹੁਤ ਗਰੀਬ ਜਾਤ ਆ। ਇੱਕ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਾਉਣ ਦਿੰਦੇ, ਪਰਾਲੀ ਦਾ ਮਸਲਾ ਹੱਲ ਹੋਣਾ ਚਾਹੀਦਾ। ਇਹ ਵੱਧ ਤੋਂ ਵੱਧ ਸਾਡਾ ਸਹੂਲਤ ਚਾਹੀਦੀ ਹੈ ਸਾਨੂੰ, ਅਤੇ ਉਹਨਾਂ ਦੇ ਵੱਧ ਤੋਂ ਵੱਧ ਪਰਚੇ ਹੋਣੇ ਚਾਹੀਦੇ ਆ। ਠੀਕ ਹੈ, ਹਾਂਜੀ। ਕੀ ਨਾਂ ਕੀ ਮਾਤਾ ਤੁਹਾਡਾ? ਗੁਰਮੀਤ ਕੌਰ। ਪਿੰਡ ਕਿਹੜਾ ਜੀ? ਮੁੱਧ ਵਸਤੀ। ਜਿਹੜਾ ਅੱਜ ਧਰਨਾ ਲਾਇਆ ਗਿਆ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਉਸ ਦੇ ਵਾਸਤੇ ਅਸੀਂ ਇਹਨਾਂ ਕਿਸਾਨਾਂ ਦਾ ਇਨਸਾਫ਼ ਮੰਗਦੇ ਹਾਂ ਅਸੀਂ। ਠੀਕ ਹੈ ਜੀ। ਹਾਂ, ਕਿਸਾਨ ਸ਼ਹੀਦ ਹੋਏ, ਉਹਨਾਂ ਬਦਲੇ ਮੰਗਦੇ, ਉਹਨਾਂ ਨੂੰ ਸਜ਼ਾ ਹੋਣੀਆਂ ਚਾਹੀਦੀਆਂ ਵੱਧ ਤੋਂ ਵੱਧ। ਹਾਂਜੀ, ਇਹਦੀ ਖਰੀਦ ਦੇ ਬਾਰੇ ਕੋਈ ਨਹੀਂ ਗਾ, ਸਾਨੂੰ ਨਾ ਖਾਦ ਮਿਲਦੀ ਹੈ ਨਾ ਝੋਨੇ ਦੀ ਖਰੀਦ ਕਿਸਾਨਾਂ ਦੀ ਹੁੰਦੀ ਆ ਗਾ, ਇਹ ਸਾਡੀ ਖਰੀਦ ਹੋਣੀ ਚਾਹੀਦੀ ਆ। ਹਾਂ, ਮੰਡੀਆਂ 'ਚ ਕਿਸਾਨ ਰੋਣ